ਇਹ ਜਿਹੜਾ ਨਤੀਜਾ ਜਿਹੜਾ ਸੰਦੀਪ ਨੰਗਲੰਬੀ ਆ ਇਹ ਵੀ ਜੱਗੂ ਭਗਵਾਨਪੁਰੀਏ ਦੇ ਜਿਹੜਾ ਮੇਜਰ ਕਬੱਡੀ ਫੈਡਰੇਸ਼ਨ ਹੈ ਉਹਨੇ ਨਵੀਂ ਬਣਾਈ ਸੀ ਜੱਗੂ ਨੇ ਕਬੱਡੀ ਲੀਗ ਇਹ ਉਹਦੇ ਲਈ ਖੇਡਣ ਲੱਗ ਪਿਆ ਸੀ ਔਰ ਕਿਤੇ ਨਾ ਕਿਤੇ ਜਦੋਂ ਤੁਸੀਂ ਇੱਕ ਗੈਂਗਸਟਰ ਦੇ ਇਸ਼ਾਰਿਆਂ ਦੇ ਉੱਤੇ ਨਾਲ ਉਹਦੇ ਮਿਲ ਕੇ ਚੱਲੋਗੇ ਤੇ ਕਿਤੇ ਨਾ ਕਿਤੇ ਤੁਸੀਂ ਉਸ ਦਲਦਲ ਦੇ ਵਿੱਚ ਜੁਰਮ ਦੀ ਦੁਨੀਆ ਦੇ ਵਿੱਚ ਜਿਹੜਾ ਬੰਦਾ ਹੱਥ ਮਲਾ ਲੈਂਦਾ ਉਹ ਦੱਸਦਾ ਹੀ ਜਾਂਦਾ ਜੱਗੂ ਭਗਵਾਨਪੁਰੀਏ ਦੀ ਐਂਟਰੀ ਹੋ ਗਈ ਉਸ ਤੋਂ ਬਾਅਦ ਉਸ ਤੋਂ ਬਾਅਦ ਲੱਗਣ ਲੱਗਾ ਇਹਨਾਂ ਨੂੰ ਬਈ ਇਹ ਸਾਰਾ ਕੁਝ ਖੋ ਕੇ ਲੈ ਜਾਏਗਾ ਫੋਨ ਤੇ ਉੱਤੇ ਧਮਕਾਣਾ ਤੂੰ ਇਹ ਮੈਚ ਨਹੀਂ ਖੇਲਣਾ ਤੂੰ ਇਹ ਟੀਮ ਹਰਵਾਣੀ ਆ ਮੇਰੀ ਮਰਜ਼ੀ ਨਾਲ ਖੇਲਣਾ ਤੂੰ ਅੱਜ ਛੁੱਟੀ ਕਰੇ ਮੈਚ 'ਚ ਜਾਣਾ ਹੀ ਨਹੀਂ ਮਤਲਬ ਇਹ ਚੀਜ਼ ਸਮਝ ਚਾਹੀਦੀ ਵੀ ਕਬੱਡੀ ਫੈਡਰੇਸ਼ਨਾਂ ਦੇ ਵਿੱਚ ਸਰਦਾਰੀ ਕਾਇਮ ਕਰਨ ਦੇ ਲਈ ਹੋੜ ਹੈ ਇੱਕ ਜਿਹਦੀ ਭੇਟ ਨੰਗਲੰਬੀਆਂ ਚੜੇ ਬਿਲਕੁਲ ਔਰ ਜਿੰਨਾ ਦੀ ਇਹਨਾਂ ਦੀ ਗੋਲੀਆਂ ਮਾਰਨ ਦਾ ਤਰੀਕਾ ਸੀ ਜਿੱਦਾਂ ਵੀ ਇਹਨਾਂ ਦਾ ਮਤਲਬ ਦਬੰਗ ਤਰੀਕੇ ਨਾਲ ਉਹਨਾਂ ਨੇ ਬੇਖੌ ਹੋ ਕੇ ਗੋਲੀਆਂ ਮਾਰੀਆਂ ਤੇ ਸ਼ਰੇਆਮਕਾਰ ਚ ਨਿਕਲ ਗਏ ਉਹਨਾਂ ਨੂੰ ਇਹ ਵੀ ਲਿਖਦਾ ਸੀ ਕਿ ਸਾਹਮਣੇ ਨੰਗਲ ਲੰਬੀਆਂ ਦੇ ਲਈ 2000 5000 ਬੰਦਾ ਵੀ ਖੜਾ ਉਹ ਵੀ ਟੁੱਟ ਕੇ ਪੈ ਸਕਦਾ ਸੀ ਲੇਕਿਨ ਇਸ ਦਾ ਮਤਲਬ ਉਹ ਕਿਤੇ ਨਾ ਕਿਤੇ ਹਾਰਡ ਕੋਰ ਸੀ 2019 ਦੀਆਂ ਕੰਪਲੇਂਟਸ ਤਾਂ ਹੈ ਹੀ ਹੈ ਨਾ ਉਹ ਔਰ ਇਹ ਦੂਜਾ ਗੈਂਗਸਟਰਾਂ ਦਾ ਨਾਲ ਜਿੱਦਾਂ ਮਿਲ ਕੇ ਕੀਤਾ ਗਿਆ ਸਾਰਾ ਉਹ ਕਨੈਕਸ਼ਨ ਆਪਣੇ ਆਪ ਆਟੋਮੈਟਿਕਸ ਜੁੜਦੇ ਵੇ ਪੁਲਿਸ ਵੀ ਕਹਿ ਰਹੀ ਹੈ ਪੁਲਿਸ ਜਗੂ ਭਗਵਾਨਪੁਰਿਆ ਨੂੰ ਜੇਲ੍ਹ ਤੋਂ ਜਲਦੀ ਇਨਵੈਸਟੀਗੇਟ ਕਰਨ ਦੇ ਲਈ ਸੱਦ ਸਕਦੀ ਹੈ ਸੰਦੀਪ ਨੰਗਲ ਅੰਬੀਆਂ ਦਾ ਬੇਰਹਿਮੀ ਨਾਲ ਕਤਲ ਹੋਇਆ ਤੇ ਇਸ ਕਤਲ ਦੇ ਤਾਰ ਕਿਤਨਾ ਕਿਤੇ ਵਿਦੇਸ਼ਾਂ ਤੱਕ ਜੁੜ ਰਹੇ ਨੇ ਮੀਡੀਆ ਕਵਰੇਜ ਹੋਈ ਹੈ ਤਾਂ ਜਮਰ ਉਜਾਲਾ ਦੇ ਪੰਜਾਬ ਪੇਸ ਤੇ ਖਬਰ ਵੀ ਲੱਗੀ ਇੱਥੇ ਹੈਡਿੰਗ ਹੈ ਕਿ ਕਬੱਡੀ ਲੀਗ ਮੇ ਗੈਂਗਸਟਰਾਂ ਦਾ ਬੜਾ ਦਖਲ ਵਿਦੇਸ਼ੋਂ ਸੇ ਕਰੋੜੋਂ ਰੁਪਇਆ ਦਾ ਵਰਚਸਵ ਕਾ ਧੰਦਾ 2019 ਮੇ ਡੀਜੀਪੀ ਸੇ ਵੀ ਕੀਤੀ ਸ਼ਿਕਾਇਤ ਤੇ ਜਿਨ੍ਹਾਂ ਨੇ ਖਬਰ ਲਿਖੀ ਹੈ ਰਿਨਾਉਂਡ ਜਰਨਲਿਸਟ ਨੇ ਡਾਕਟਰ ਸੁਰਿੰਦਰਪਾਲ ਜੀ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ ਖੋਜ ਕੀਤੀ ਤੁਸੀਂ ਇਹ ਅਸਲ ਸਟੋਰੀ ਹੈ ਕਿ ਨੰਗਲੰਬੀਆਂ ਦਾ ਮਰਡਰ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਦੇਖੋ ਸੈਂਸ ਕਿਉਂਕਿ ਮੈਂ ਤਾਂ ਜਿਆਦਾ ਕ੍ਰਾਈਮ ਰਿਪੋਰਟਿੰਗ ਕੀਤੀ ਹੈ ਤੇ ਇਨਸਾਈਡ ਸਟੋਰੀਜ਼ ਇਨਵੈਸਟੀਗੇਟ ਕਰਨਾ ਇਟਸ ਅ ਹੌਬੀ ਤੇ ਇੱਕ ਪੱਤਰਕਾਰ ਦੀ ਇੱਕ ਫਰਜ਼ ਵੀ ਹੁੰਦਾ ਕਿਉਂਕਿ ਇਹ ਜਿਸ ਤਰ੍ਹਾਂ ਪਲਾਨਡ ਮਰਡਰ ਕੱਲ ਦੇਖਿਆ ਗਿਆ ਪਹਿਲਾਂ ਤਾਂ ਲੱਗਿਆ ਸੀ ਸਰਸਰੀ ਲੜਾਈ ਹੋਈ ਹੋਣੀ ਹੈ ਥੋ ਬਾਈ ਜ ਕਿਸੇ ਨੇ ਗੋਲੀ ਮਾਰ ਦਿੱਤੀ ਲekin ਜਿੱਦਾਂ ਜਿੱਦਾਂ ਵੀਡੀਓ ਵਾਇਰਲ ਹੋਈਆਂ ਵੀਡੀਓ ਚ ਤੁਸੀਂ ਦੇਖਿਆ ਕਿ ਉਹ ਦਲੇਰੀ ਦੇ ਨਾਲ ਸ਼ਰਿਆਮ ਨੰਗੇ ਮੂੰਹ ਗੋਲੀਆਂ ਮਾਰ ਰਹੇ ਸੀ ਇਹ ਕਿਤੇ ਆਮ ਨਹੀਂ ਕੋਈ ਇੰਨਾ ਕਦਮ ਚੁੱਕ ਸਕਦਾ ਵਿੱਕੀ ਮਿੱਦੂ ਖੇਡਾ ਦਾ ਮਰਡਰ ਹੋਇਆ ਕਿੱਦਾਂ ਉਹਨਾਂ ਨੇ ਸ਼ਰਿਆਮ ਗੋਲੀਆਂ ਮਾਰੀਆਂ ਤੇ ਆਖਿਰਕਾਰ ਉਹ ਗੈਂਗਸਟਰ ਸੀਗੇ ਔਰ ਜਿੱਦਾਂ ਦੀ ਇਹਨਾਂ ਦੀ ਗੋਲੀਆਂ ਮਾਰਨ ਦਾ ਤਰੀਕਾ ਸੀ ਜਿੱਦਾਂ ਦੀ ਇਹਨਾਂ ਦਾ ਮਤਲਬ ਦਬੰਗ ਤਰੀਕੇ ਨਾਲ ਉਹਨਾਂ ਨੇ ਬੇਖੌਫ ਹੋ ਕੇ ਗੋਲੀਆਂ ਮਾਰੀਆਂ ਤੇ ਸ਼ਰਿਆਮ ਹੰਕਾਰ ਚ ਨਿਕਲ ਗਏ ਉਹਨਾਂ ਨੂੰ ਇਹ ਵੀ ਦਿਖਦਾ ਸੀ ਕਿ ਸਾਹਮਣੇ ਨੰਗਲ ਲੰਬੀਆਂ ਦੇ ਲਈ 2000 5000 ਬੰਦਾ ਵੀ ਖੜਾ ਉਹ ਵੀ ਟੁੱਟ ਕੇ ਪੈ ਸਕਦਾ ਸੀ ਲੇਕਿਨ ਇਸ ਦਾ ਮਤਲਬ ਉਹ ਕਿਤੇ ਨਾ ਕਿਤੇ ਹਾਰਡ ਕੋਰ ਸੀਗੇ ਫਿਰ ਜਦੋਂ ਹਾਰਡ ਕੋਰ ਦਾ ਦਿਮਾਗ ਚ ਐਂਗਲ ਵੱਜਿਆ ਕਿ ਇਹ ਹਾਰਡ ਕੋਰ ਹੋ ਸਕਦੇ ਆ ਤੇ ਫਿਰ ਮੈਨੂੰ ਲੱਗਿਆ ਕਿ ਇਹ ਕਿਤੇ ਨਾ ਕਿਤੇ ਗੈਂਗਸਟਰਸ ਦੇ ਨਾਲ ਇਹਨਾਂ ਦਾ ਲਿੰਕ ਹੈ ਜਦੋਂ ਇਹ ਹੋਰ ਤੈ ਤੱਕ ਮੈਂ ਕਿਉਂਕਿ ਕੱਲ ਟਾਈਮ ਵੀ ਸ਼ਾਰਟ ਸੀਗਾ ਰਾਤ ਦਾ ਕੰਮ ਸੀਗਾ ਜਦੋਂ ਤੱਕ ਕਲੀਅਰ ਹੋਇਆ ਟਾਈਮ ਬਹੁਤ ਘੱਟ ਸੀ ਫਿਰ ਵੀ ਜਿੰਨਾ ਕਿ ਡਿਵੈਲਪ ਹੋਇਆ ਫਿਰ ਲੱਗਿਆ ਕਿ ਇਹ ਨਹੀਂ ਇਹ ਗੱਲਾਂ ਜਿਹੜੀਆਂ ਪੁਰਾਣੀਆਂ ਜਿਹੜੀਆਂ 2019 ਤੋਂ ਪਹਿਲਾਂ ਦੀਆਂ ਉਹ ਤਾਰ ਜੁੜਦੇ ਜੁੜਦੇ ਇੱਥੇ ਤੱਕ ਆ ਗਏ ਆ ਮੈਂ ਥੋੜਾ ਪਛੋਕੜ ਜੇ ਜਾ ਕੇ ਦੱਸ ਦੇਣਾ ਕਿ ਇਹ ਸਾਰੀ ਲੜਾਈ ਹੋਈ ਨਿਊਜ਼ੀਲੈਂਡ ਤੋਂ ਸ਼ੁਰੂ ਜੀ ਨਿਊਜ਼ੀਲੈਂਡ ਦੇ ਵਿੱਚ ਮਾਨਕ ਢੇਰੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ ਸਾਹਬ ਸਿੰਘ ਕਬੱਡੀ ਪ੍ਰਮੋਟਰ ਆ ਜੀ ਉਹਨਾਂ ਦਾ ਬੇਟਾ ਗੁਰਵਿੰਦਰ ਸਿੰਘ ਇਹ ਦੋਨੋਂ ਕਬੱਡੀ ਪ੍ਰਮੋਟਰ ਹੈਗੇ ਨਿਊਜ਼ੀਲੈਂਡ 'ਚ ਬਹੁਤ ਤਗੜੇ ਕਿਉਂਕਿ ਜਿਹੜਾ ਵੀ ਪੰਜਾਬੀ ਹੈ ਨਾ ਬਾਹਰ ਆ ਉਹ ਕਬੱਡੀ ਦਾ ਬੜਾ ਸ਼ਕੀਨ ਆ ਕਿਉਂਕਿ ਸਾਡਾ ਖੇੜੀ ਕਬੱਡੀ ਆ ਬਿਲਕੁਲ ਤੇ ਜਦੋਂ ਉੱਥੇ ਉਹਨਾਂ ਦਾ ਕਬੱਡੀ ਦੇ ਪ੍ਰੋਮੋਸ਼ਨ ਦੇ ਮੈਚ ਨੂੰ ਇੱਕ ਲੈ ਕੇ ਉੱਥੇ ਹਰਜੋਤ ਕਮਲ ਦੇ ਨਾਲ ਬੜੀ ਬਹਿਸ ਹੋਈ ਸੀ ਹਰਜੋਤ ਕਮਲ ਦਾ ਨਾਮ ਜਦੋਂ ਆਂਦਾ ਹੈ ਤੇ ਥੋੜਾ ਥੋੜਾ ਤੁਹਾਨੂੰ ਯਾਦ ਆ ਜਾਏਗਾ ਕਿ ਮਜੀਠੀਆਂ ਨੇ ਸੁਖਜਿੰਦਰ ਰੰਧਾਵੇ ਤੇ ਵੀ ਜੱਗੂ ਭਗਵਾਨਪੂਰੀ ਵਾਲੇ ਰੋਪ ਲਾਏ ਸੀ ਇਹ ਹਰਜੋਤ ਕਮਲ ਨਾਲ ਉੱਥੇ ਇਹਦੀ ਬਹਿਸ ਹੋਈ ਨਾਲ ਮੁੰਡਾ ਮਨਜੋਤ ਸੀਗਾ ਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਜੱਗੂ ਭਗਵਾਨਪੂਰੀਏ ਨੂੰ ਇੱਥੇ ਕਿਹਾ ਬਈ ਇਹ ਮੇਰੇ ਨਾਲ ਇੱਥੇ ਕਬੱਡੀ 'ਚ ਬੈਸੇ ਨੇ ਇੱਥੇ ਕਬੱਡੀ 'ਚ ਪੈਸਾ ਬਹੁਤ ਸੀਗਾ ਇਹ ਪ੍ਰੋਮੋਸ਼ਨ ਮੇਰੇ ਖਿਡਾਰੀ ਤੋੜਦੇ ਪਏ ਨੇ ਤੇ ਮੇਰਾ ਫੇਲ ਹੋ ਗਿਆ ਤੇ ਮੇਰਾ ਪੈਸਾ ਬਹੁ ਮਰ ਜਾਣਾ ਜੱਗੂ ਭਗਵਾਨਪੂਰੀ ਦੀ ਫਿਲਮਾਂ ਵਾਂਗੂ ਉਸ ਧੰਦੇ 'ਚ ਐਂਟਰੀ ਹੋ ਗਈ ਜਦੋਂ ਮਾਨਕ ਢੇਰੀ ਵਾਲੇ ਸਾਹਬ ਸਿੰਘ ਤੇ ਉਹਨਾਂ ਦਾ ਮੁੰਡਾ ਗੁਰਵਿੰਦਰ ਇੰਡੀਆ ਆਏ ਤੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਹੁਸ਼ਿਆਰਪੁਰ ਲੋਕਾਂ ਨੇ ਸੋਚਿਆ ਉਹ ਵੀ ਫਾਇਰਿੰਗ ਕਰ ਗਏ ਹੁਣੇ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਟ ਹੋਇਆ ਤੇ ਇੱਕ ਮੁੰਡਾ ਬਿੰਨੀ ਗੁੱਜਰ ਫੜਿਆ ਗਿਆ ਹੁਸ਼ਿਆਰਪੁਰ ਪੁਲਿਸ ਨੇ ਬਿੰਨੀ ਗੁੱਜਰ ਨੂੰ ਜਦੋਂ ਇਨਟੈਰੋਗੇਟ ਕੀਤਾ ਉਹ ਕਹਿੰਦਾ ਮੈਂ ਜੱਗੂ ਭਗਵਾਨਪੂਰੀ ਦੇ ਕੈਂਟ ਫਾਇਰਿੰਗ ਕੀਤੀ ਹੈ ਫਿਰ ਜੱਗੂ ਭਗਵਾਨ ਪੂਰੀਏ ਦਾ ਨਾਮ ਕਬੱਡੀ ਦੇ ਵਿੱਚ ਓਪਨ ਹੋ ਗਿਆ ਔਰ ਉਸ ਤੋਂ ਬਾਅਦ ਲੱਗਣ ਲੱਗਾ ਕਿ ਇਹ ਬਹੁਤ ਵੱਡਾ ਕੰਮ ਹੈ ਕਿਉਂਕਿ ਸਾਰਾ ਤੁਸੀਂ ਦੇਖੋ ਜਿੰਨੇ ਛੱਬੇ ਹੋਰੀ ਹੈ ਅਮਰੀਕਾ ਦੇ ਜਿਹੜੇ ਇਹਦੇ ਕਬੱਡੀ ਪ੍ਰਮੋਟਰ ਨੇ ਇੰਡੀਆ ਦੇ ਉਹਨਾਂ ਕੋ ਚਾਰ ਚਾਰ ਪੰਜ ਪੰਜ ਹੈਲੀਕਾਪਟਰ ਨੇ ਮਿਲੀਅਨਅਰਸ ਨੇ ਜਿਨਨੇ ਕਬੱਡੀ ਦੇ ਪ੍ਰਮੋਟਰ ਨੇ ਮਿਲੀਅਨਅਰਸ ਹੈ ਫੋਰਨ ਚ ਇੰਗਲੈਂਡ ਦੇ ਨੇ ਤੇ ਮਾਨਕ ਉਹ ਥਰਡ ਸੈਕਿੰਡ ਜਿਹੜਾ ਵਾ ਥਰਡ richest people of england ਹੀ ਇਸ ਇੱਕਬੱਡੀ ਪ੍ਰੋਮੋਟਰ ਅਰਬਾ ਖਰਬਾ ਰੁਪਈਆ ਵਿੱਚ ਆ ਫਿਰ ਆਇਆ ਵੀ ਇਹ ਤਾਂ ਡਰਗ ਤੋਂ ਵੀ ਵਧੀਆ ਤੰਦਾ ਇਹਦੇ ਚ ਵੜਾ ਫਿਰ ਜਦੋਂ ਜੱਗੂ ਭਗਵਾਨਪੂਰੀ ਦੀ ਐਂਟਰੀ ਹੋ ਗਈ ਉਸ ਤੋਂ ਬਾਅਦ ਉਸ ਤੋਂ ਬਾਅਦ ਲੱਗਣ ਲੱਗਾ ਇਹਨਾਂ ਨੂੰ ਬਈ ਇਹ ਸਾਰਾ ਕੁਝ ਖੋ ਕੇ ਲੈ ਜਾਏਗਾ ਫੋਨ ਤੇ ਉੱਤੇ ਧਮਕਾਣਾ ਤੂੰ ਇਹ ਮੈਚ ਨਹੀਂ ਖੇਲਣਾ ਤੂੰ ਇਹ ਟੀਮ ਹਰਵਾਣੀ ਆ ਮੇਰੀ ਮਰਜ਼ੀ ਨਾਲ ਖੇਲਣਾ ਤੂੰ ਅੱਜ ਛੁੱਟੀ ਕਰੇ ਮੈਚ ਚ ਜਾਣਾ ਹੀ ਨਹੀਂ ਫਿਰ ਇਹ ਗੱਲਾਂ ਕਿਤੇ ਨਾ ਕਿਤੇ ਜਿਹੜਾ ਕਬੱਡੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਆ ਨਾਰਥ ਸਰਕਲ ਦੇ ਸੁਰਜਨ ਸਿੰਘ ਛੱਠਾ ਉਹਨਾਂ ਤੱਕ ਪਹੁੰਚੀ ਆ ਬਈ ਇਹ ਆਪਾਂ ਹੋ ਕੀ ਰਿਹਾ ਡੀਜੀਪੀ ਦਿਨਕਰ ਗੁਪਤਾ ਕੋ ਸ਼ਿਕਾਇਤ ਕੀਤੀ ਜੱਗੂ ਭਗਵਾਨਪੁਰੀਏ ਦੇ ਖਿਲਾਫ ਕਿ ਇਹ ਪਲੇਅਰ ਤਾਂ ਆਪਣਾ ਦਮ ਖਮ ਦਿਖਾ ਹੀ ਨਹੀਂ ਪਾਰੇ ਇਹ ਤਾਂ ਹੋਰ ਪਾਸੇ ਤੁਰ ਪਈ ਸਾਡੀ ਕਬੱਡੀ ਖੈਰ ਡੀਜੀਪੀ ਦਿਨਕਰ ਗੁਪਤਾ ਨੇ ਇਨਕੁਆਰੀ ਜਿੱਦਾਂ ਆਮ ਪੁਲਿਸ ਕਰਦੀ ਆ ਮਾਰ ਕਰਕੇ ਛੁੱਟ ਦਿੰਦੀ ਬਟ ਇਹ ਜਿਹੜਾ ਨਤੀਜਾ ਜਿਹੜਾ ਸੰਦੀਪ ਨੰਗਲੰਬੀ ਆ ਇਹ ਵੀ ਜੱਗੂ ਭਗਵਾਨਪੁਰੀਏ ਦੇ ਜਿਹੜਾ ਮੇਜਰ ਕਬੱਡੀ ਫੈਡਰੇਸ਼ਨ ਹੈ ਉਹਨੇ ਨਵੀਂ ਬਣਾਈ ਸੀ ਜੱਗੂ ਨੇ ਕਬੱਡੀ ਲੀਗ ਇਹ ਉਹਦੇ ਲਈ ਖੇਡਣ ਲੱਪਿਆ ਸੀ ਔਰ ਕਿਤੇ ਨਾ ਕਿਤੇ ਜਦੋਂ ਤੁਸੀਂ ਇੱਕ ਗੈਂਗਸਟਰ ਦੇ ਇਸ਼ਾਰਿਆਂ ਦੇ ਉੱਤੇ ਨਾਲ ਉਹਦੇ ਮਿਲ ਕੇ ਚੱਲੋਗੇ ਤੇ ਕਿਤੇ ਨਾ ਕਿਤੇ ਤੁਸੀਂ ਉਸ ਦਲਦਲ ਦੇ ਵਿੱਚ ਜੁਰਮ ਦੀ ਦੁਨੀਆ ਦੇ ਵਿੱਚ ਜਿਹੜਾ ਬੰਦਾ ਹੱਥ ਮਲਾ ਲੈਂਦਾ ਉਹ ਤਸਦਾ ਹੀ ਜਾਂਦਾ ਸੋ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਕਿਉਂਕਿ ਜਿੱਦਾਂ ਦੇ ਹਾਲਾਤ ਨੇ ਜਿੱਦਾਂ ਦੀਆਂ ਸਾਹਮਣੇ ਚੀਜ਼ਾਂ ਆ ਰਹੀਆਂ ਆ ਇਹ ਸਾਫ਼ ਹੈ ਕਿ ਇਹ ਮਰਡਰ ਗੈਂਗਸਟਰਾਂ ਵੱਲੋਂ ਕੀਤਾ ਗਿਆ। ਹਮ ਮਤਲਬ ਇਹ ਚੀਜ਼ ਸਮਝ ਚਾਈ ਵੀ ਕਬੱਡੀ ਫੈਡਰੇਸ਼ਨਾਂ ਦੇ ਵਿੱਚ ਸਰਦਾਰੀ ਕਾਇਮ ਕਰਨ ਦੇ ਲਈ ਹੋੜ ਹੈ ਇੱਕ ਜਿਹਦੀ ਭੇਟ ਨੰਗਲੰਬੀਆਂ ਚੜੇ। ਬਿਲਕੁਲ ਸਰਦਾਰੀ ਦੇ ਨਾਲ ਤੁਸੀਂ ਦੇਖੋ ਇੱਕ ਗੁਰਦਾਸਪੁਰ ਲਾਇਓਂਸ ਵੀ ਨਵਾਂ ਸ਼ੁਰੂ ਹੋਇਆ ਹੋਇਆ ਹੈ ਕਬੱਡੀ ਦਾ। ਉਹਦੇ ਵਿੱਚ ਵੀ ਪੈਸੇ ਦੀ ਖੇਡ ਹੈ। ਅਰ ਕੋ ਪਤਾ ਕੀ ਹੈ ਪੰਜਾਬ ਦੇ ਜਿਹੜੇ ਲੋਕ ਹਨ ਵਿਦੇਸ਼ਾਂ ਚ ਕਬੱਡੀ ਦੇ ਪਾਗਲ ਨੇ ਇਹ ਨੰਗਾ ਲੰਬੀਆਂ ਉਹੀ ਹੈ ਜਿਨੇ ਸੁਖਵੀਰ ਸਿੰਘ ਬਾਲਲ ਦੇ ਕਬੱਡੀ ਕਲੱਬ ਦਾ ਵਿਰੋਧ ਕੀਤਾ ਸੀਗਾ ਕੱਪ ਦਾ ਬਈ ਇਹ ਸਰਕਾਰ ਦੇ ਹੱਥਾਂ ਚ ਨਾ ਦੇਓ ਇਹ ਤਾਂ ਸਾਡਾ ਇੰਡੀਪੈਂਡੈਂਟ ਗੇਮ ਆ ਬਈ ਇਹਨੂੰ ਸਰਕਾਰੀ ਮਸ਼ੀਨਰੀ ਨਾ ਚਲਾਵੇ ਉਹ ਦੇਖਿਆ ਤੁਸੀਂ ਬਾਹਰ ਦੇ ਵਿੱਚ ਪਲੇਅਰ ਜਿੱਦਾਂ ਉਹਨੇ ਜਿਤਾਣੇ ਕੀ ਕਰਨਾ ਕੀ ਨਹੀਂ ਕਰਨਾ ਸਾਰਾ ਕੁਝ ਪਲਾਨਡ ਹੁੰਦਾ ਸੀਗਾ ਔਰ ਇਹ ਕਿਉਂਕਿ ਇਹ ਕੈਨੇਡਾ ਚ ਕੱਪ ਹੁੰਦਾ ਵੈਨਕੂਵਰ ਕਬੱਡੀ ਕੱਪ ਹੁੰਦਾ ਵਾ ਵੱਡੇ ਵੱਡੇ ਉੱਚ ਕਲੱਬ ਹਿੱਸਾ ਲੈਂਦੇ ਆ ਜਾਂਦੇ ਨੇ ਉੱਥੇ ਪ੍ਰਮੋਟਰ ਉੱਥੇ ਉਹਨਾਂ ਨੂੰ ਅਰਬ ਰੁਪਈਆ ਦਿੰਦੇ ਨੇ ਜਿਹੜੇ ਖੇਡਣ ਆ ਰਹੇ ਆ ਇਨਾਮ ਤਾਂ ਇਦਾਂ ਸੁੱਟਿਆ ਜਾਂਦਾ ਪੁੱਛੋ ਕੁਛ ਨਾ ਡਾਲਰਾਂ 'ਚ ਇਨਾਮ ਮਿਲਣਾ 100 ਡਾਲਰ ਮਤਲਬ 6000 ਰੁਪਈਆ ਠੀਕ ਹੈ ਨਾ ਟੋਰਾਂਟੋ ਕਬੱਡੀ ਹੁੰਦਾ ਵਾ ਉਸ ਤੋਂ ਬਾਅਦ ਕੈਨੇਡਾ ਚ ਸਾਰੀਆਂ ਲੀਗ ਹੁੰਦੀਆਂ ਵਾਂ ਕਬੱਡੀ ਦੀਆਂ ਅਮਰੀਕਾ ਦੇ ਵਿੱਚ ਹੁੰਦਾ ਇੰਗਲੈਂਡ ਚ ਹੁੰਦਾ ਨਿਊਜ਼ੀਲੈਂਡ ਚ ਹੁੰਦਾ ਜਿੱਥੇ-ਜਿੱਥੇ ਪੰਜਾਬੀ ਤਬਕਾ ਹੈਗਾ ਹੁੰਦਾ ਔਰ ਇਹਦੇ ਵਿੱਚ ਖ ਖਿਡਾਰੀਆਂ ਨੂੰ ਖਰੀਦਿਆ ਜਾਂਦਾ ਹੁਣ ਪ੍ਰੋਬਲਮ ਇਹ ਹੈਗੀ ਹੈ ਕਿ ਮੇਰਾ ਜੇ ਮੇਰਾ ਮੰਨ ਲਓ ਮੇਰਾ ਚੱਲਦਾ ਜਲੰਧਰ ਲਾਇਓਂਸ ਤੇ ਮੈਂ ਖਿਡਾਰੀਆਂ ਨੂੰ ਵੱਡੇ ਵੱਡਿਆਂ ਨੂੰ ਖਰੀਦਾਂਗਾ ਤੇ ਉਹਨਾਂ ਨੂੰ ਪੈਸਾ ਲਾ ਕੇ ਖਰੀਦਾਂਗਾ ਤੇ ਜੇ ਮੇਰਾ ਜਲੰਧਰ ਲਾਇਓਂਸ ਚੱਲ ਪਿਆ ਤੇ ਫਿਰ ਉਹਦੇ ਉੱਤੇ ਤਾਂ ਅਰਪਾ ਖਰਬਾ ਰੁਪਈਏ ਇਨਵੈਸਟ ਹੋਣੇ ਸ਼ੁਰੂ ਹੋ ਜਾਣੇ ਸਾਰਾ ਖੇਡ ਜਿਹੜਾ ਹੈਗਾ ਵਾ ਜਿਵੇਂ ਆਈਪੀਐਲ ਹੈ ਉਹਦਾ ਹੀ ਖੇਡ ਲੇ ਲੇਕਿਨ ਗੱਲ ਇਹ ਹੈ ਕਿ ਆਈਪੀਐਲ ਦੀ ਤਰ੍ਹਾਂ ਪੰਜਾਬ ਇੱਕ ਜਿਹੜਾ ਵਾ ਕਬੱਡੀ ਦਾ ਜਿਹੜਾ ਵਾ ਆਈਪੀਐਲ ਕ੍ਰਿਕਟ ਹੈ ਉਹ ਆਪਣਾ ਇੰਟਰਨੈਸ਼ਨਲ ਹੈ ਇਹ ਪੰਜਾਬ ਦੀ ਗੇਮ ਹੈ ਲੇਕਿਨ ਪੰਜਾਬ ਜਿਹੜੀ ਹੈ ਇਹ ਵਿਦੇਸ਼ਾਂ ਦੇ ਨਾਲ ਬਹੁਤ ਜੁੜੀ ਹੋਈ ਹੈ ਸੋ ਇਹਦੇ ਵਿੱਚ ਕੀਤੇ ਨਾ ਕੀਤੇ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਉਹ ਸਾਹਮਣੇ ਖੁੱਲ ਕੇ ਸਾਹਮਣੇ ਆ ਰਹੀਆਂ ਕਿਉਂਕਿ ਜਦੋਂ ਜੱਗੂ ਭਗਵਾਨਪੁਰੀਆ ਨੇ ਆਪਣਾ ਸ਼ੁਰੂ ਕੀਤਾ ਵਾ ਕਬੱਡੀ ਦਾ ਇਹ ਮੇਜਰ ਕਬੱਡੀ ਲੀਗ ਇਹਦੇ ਵਿੱਚ ਜਦੋਂ ਉਹਨੇ ਸ਼ੁਰੂ ਕੀਤੀ ਇਹਦੇ ਵਿੱਚ ਕਾਫੀ ਐਨ ਆਰ ਆਈ ਵੀ ਜੁੜੇ ਜਾਂ ਨਾਲ ਇਦੇ ਚ ਐਨਆਰਆਈ ਵੀ ਜੁੜੇ ਆ ਔਰ ਬਾਈ ਨੇ ਮੈਨੂੰ ਯਾਦ ਆ ਕੰਪਲੇਂਟ ਵੀ ਹੋਈ ਸੀ ਕੋਈ ਕਵਲ ਸਿੰਘ ਸਿਗੇ ਆ ਨਿਊਜ਼ੀਲੈਂਡ ਦੇ ਕਬੱਡੀ ਪ੍ਰਮੋਟਰ ਉਹਨਾਂ ਦੇ ਖਿਲਾਫ ਵੀ ਕੰਪਲੇਂਟ ਹੋਈ ਸੀ ਕਿ ਉਹ ਇਹਦੇ ਵਿੱਚ ਪੈਸਾ ਇਨਵੈਸਟ ਬਹੁਤ ਕਰਾ ਰਹੇ ਆ ਲੋਕਾਂ ਕੋਲੋਂ ਤੇ ਜੱਗੂ ਜਿਹੜਾ ਹੈਗਾ ਉਹ ਆਪਣੀ ਮਰਜ਼ੀ ਨਾਲ ਖਿਡਾਰੀਆਂ ਨੂੰ ਕਹਿ ਰਿਹਾ ਤੁਸੀਂ ਮੇਰੇ ਕਲੱਬ ਵੱਲੋਂ ਖੇਡਣਾ ਦੂਜੇ ਕਲੱਬ ਵੱਲੋਂ ਨਹੀਂ ਖੇਡਣਾ ਮੇਰਾ ਮੇਜਰ ਕਬੱਡੀ ਲੀਗ ਦੇ ਵਿੱਚ ਤੁਸੀਂ ਇਹ ਕਲੱਬ ਨੂੰ ਜਿਤਾਣਾ ਐ ਇਹਨੂੰ ਹਰਾਣਾ ਇਹ ਸਾਰੇ ਜਿਹੜੇ ਫੈਕਟਸ ਨੇ ਜਿਹੜੇ ਤੁਸੀਂ ਛਾਪੇ ਵੀ ਅਖਬਾਰ 'ਚ ਤੇ ਤੁਸੀਂ ਦੱਸ ਰਹੇ ਹੋ ਕਿਉਂਕਿ ਕ੍ਰਾਈਮ ਰਿਪੋਰਟਿੰਗ ਤੁਸੀਂ ਬਹੁਤ ਸਿਰ ਤੋਂ ਕਰ ਰਹੇ ਹੋ ਪੁਲਿਸ ਦੇ ਨਾਲ ਕੀ ਕੁਝ ਸ਼ੇਅਰਿੰਗ ਹੋਈ ਕੋਈ ਫੈਕਟਸ ਉਹ ਉਹਨਾਂ ਦੇ ਕੋਲ ਵੀ ਇਹੋ ਜਿਹੀ ਨਹੀਂ ਕੋਈ ਚਰਦਾਲ ਦੇ ਦੇਖੋ ਸਟਿਲ 2019 ਦੀਆਂ ਕੰਪਲੇਂਟਸ ਤਾਂ ਹੈ ਹੀ ਹੈ ਨਾ ਉਹ ਉਹ ਇਹ ਦੂਜਾ ਗੈਂਗਸਟਰਾਂ ਦਾ ਨਾਲ ਜਿੱਦਾਂ ਮਿਲ ਕੇ ਕੀਤਾ ਗਿਆ ਸਾਰਾ ਉਹ ਕਨੈਕਸ਼ਨ ਆਪਣੇ ਆਪ ਆਟੋਮੈਟਿਕਸ ਜੁੜਦੇ ਵੇ ਪੁਲਿਸ ਵੀ ਕਹਿ ਰਹੀ ਆ ਅਫਸਰਸ ਵੀ ਮੰਨ ਰਹੇ ਆ ਕਿ ਇਹ ਸਾਰੀ ਚੀਜ਼ ਉਹੀ ਹੈ ਲੇਕਿਨ ਗੱਲ ਇਹ ਆ ਕਿ ਉਹਦੀ ਤਹਿ ਤੱਕ ਜਾਣਾ ਪੈਣਾ ਤਹਿ ਤੱਕ ਜਾ ਕੇ ਕਿੰਨਾ ਨੇ ਕੀਤਾ ਕੀ ਕਰਵਾਇਆ ਸਵਾਲ ਉੱਠ ਰਹੇ ਨੇ ਕੀ ਸੰਦੀਪ ਨੰਗਲ ਅੰਬੀਆਂ ਦੀ ਜੱਗੂ ਭਗਵਾਨਪੁਰਿਆ ਨਾਲ ਕੋਈ ਅਨਬੰਨ ਹੋ ਗਈ ਸੀ ਕਿ ਜਿਹੜਾ ਹੋਰ ਕਲੱਬ ਨਵੇਂ ਉੱਠ ਰਹੇ ਲੱਗ ਰਿਹਾ ਹੈ ਕਿ ਪੁਲਿਸ ਜੱਗੂ ਭਗਵਾਨਪੁਰਿਆ ਨੂੰ ਜੇਲ੍ਹ ਤੋਂ ਜਲਦੀ ਇਨਵੈਸਟੀਗੇਟ ਕਰਨ ਦੇ ਲਈ ਸੱਤ ਸਕਦੀ ਹੈ ਦੇਖੋ ਪਤਾ ਕੀ ਹੈ ਹਜੇ ਹਜੇ ਤੱਕ ਤਾਂ ਇਹ ਹੈ ਕਿ ਜੱਗੂ ਇਹ ਜੱਗੂ ਵੱਲੋਂ ਖੇਡਦਾ ਸੀ ਜੱਗੂ ਭਗਵਾਨਪੁਰਿਆ ਵੱਲੋਂ ਖੇਡਦਾ ਸੀ ਲੇਕਿਨ ਗੱਲ ਇਹ ਹੈ ਕਿ ਜੇ ਜੱਗੂ ਭਗਵਾਨਪੁਰਿਆ ਵੱਲੋਂ ਖੇਡਦਾ ਸੀਗਾ ਤੇ ਕੁਝ ਕਲੱਬ ਨਵੇਂ ਹੋਰ ਵੀ ਪੰਜਾਬ 'ਚ ਜੱਗੂ ਨੂੰ ਦੇਖ ਕੇ ਉੱਠਣ ਲੱਗ ਪਏ ਸੀ ਕਿਉਂਕਿ ਜੱਗੂ ਦਾ ਵੀ ਵਿਰੋਧ ਆ ਜੱਗੂ ਤੇ ਲਾਰੈਂਸ ਇੱਕ 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 ਚੀਜ਼ ਹੋਰ ਐਂਗਲ ਨਿਕਲ ਰਿਹਾ ਹੈ ਕਿ ਜਿਵੇਂ ਜੱਗੂ ਵੱਲੋਂ ਖੇਡਦਾ ਹੈ ਜਿਹੜੇ ਜੱਗੂ ਦੀ ਖਿਲਾਫ ਗੈਂਗਸਟਰਸ ਹੋਣਗੇ ਉਹਨਾਂ ਵੱਲੋਂ ਹੋ ਸਕਦਾ ਉਹ ਉਹਨਾਂ ਵੱਲੋਂ ਵੀ ਹੋ ਸਕਦਾ ਉਹ ਆਪਣਾ ਕਲੱਬ ਵੀ ਤਿਆਰ ਕਰਵਾ ਰਹੇ ਆ ਮੈਂ ਤੁਹਾਨੂੰ ਇਸ਼ਾਰਾ ਕੀਤਾ ਪੰਜਾਬ 'ਚ ਇੱਕ ਦੋ ਕਲੱਬ ਹੋਰ ਵੀ ਤਿਆਰ ਹੋ ਰਹੇ ਆ ਜਿਹੜੇ ਜੱਗੂ ਦੇਖੋ ਸ਼ਰੀਫ ਆਦਮੀ ਦਾ ਟੱਕਰ ਨਹੀਂ ਲੈ ਸਕਦਾ ਸੁਰਜਨ ਸਿੰਘ ਚੱਠੇ ਹੋਰੀ ਜਿਹੜੇ ਆ ਬਹੁਤ ਸ਼ਰੀਫ ਨੇ ਸਾਰੇ ਕਬੱਡੀ ਦੇ ਅਸਲੀ ਜਮੀਨੀ ਪੱਧਰ ਤੋਂ ਉੱਠੇ ਹੋਏ ਖਿਡਾਰੀ ਨੇ ਜਿਹੜੇ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਆ ਸਰਕਲ ਦੇ ਲੇਕਿਨ ਗੱਲ ਇਹ ਹੈ ਕਿ ਜਦੋਂ ਤੁਸੀਂ ਸ਼ਰਾਫਤ ਜਿਹੜੀ ਹੈ ਜਦੋਂ ਖਤਮ ਹੋ ਜਾਂਦੀ ਹੈ ਫਿਰ ਉਹ ਐਸਾ ਦੀਆਂ ਚੀਜ਼ਾਂ ਨੂੰ ਖਤਮ ਕਰਨ ਲਈ ਇਦਾਂ ਦਾ ਹੀ ਲੋਹੇ ਨੂੰ ਲੋਹਾ ਹੀ ਘਟਦਾ ਪੂ पंजाब ਦੇ ਵਿੱਚ ਜੋ ਇਨਪੁਟਸ ਮਿਲ ਰਹੇ ਆ ਕਿ ਮਾਝਾ ਰੀਜਨ ਦੇ ਵਿੱਚੋਂ ਇੱਕ ਦੋ ਕਲੱਬ ਤਿਆਰ ਹੋਏ ਆ ਜਿਹੜੇ ਜੱਗੂ ਭਗਵਾਨਪੁਰੀਏ ਦੇ ਕਲੱਬ ਨੂੰ ਲੀਗ ਨੂੰ ਟਾ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਉਹ ਮੈਨੂੰ ਲੱਗਦਾ ਕਿ ਉੱਥੇ ਹੀ ਕਿਤੇ ਨਾ ਕਿਤੇ ਉਹਦਾ ਹੀ ਕਲੈਸ਼ ਹੈ ਕਿਉਂਕਿ ਖਿਡਾਰੀਆਂ ਨੂੰ ਇੱਕ ਇੱਕਿਆ ਜਾ ਰਿਹਾ ਸੀਗਾ ਕਿ ਇਹ ਮੈਚਾਂ ਨੂੰ ਆਪਣੀ ਮਰਜ਼ੀ ਨਾਲ ਸਾਡੀ ਮਰਜ਼ੀ ਨਾਲ ਖੇਡਣਾ ਜੇਲ੍ਹ ਚੋਂ ਜਿਹਦੇ ਲਈ ਫੋਨ ਆਂਦਾ ਸੀ ਤੁਸੀਂ ਇਦਾਂ ਹਾਰਨਾ ਤੇ ਉਹਨਾਂ ਨੂੰ ਹਾਰਨਾ ਪੈਂਦਾ ਸੀ ਹੁਣ ਸਾਰੇ ਕਾਸੇ ਦੇ ਵਿੱਚ ਪੰਜਾਬ ਨੂੰ ਚਿੰਤਾ ਕਬੱਡੀ ਦੀ ਹੈ ਵੀ ਕਬੱਡੀ ਕਿੱਧਰ ਨੂੰ ਜਾਊਗੀ ਤੁਸੀਂ ਸਮਾਜ ਦੇ ਚਿੰਤਕਾਂ ਚ ਵੀ ਹੋ ਆਪਣੇ ਵਿਚਾਰ ਵੀ ਰੱਖ ਤੁਹਾਨੂੰ ਕੀ ਲੱਗਦਾ ਕਿ ਜੇ ਐਂ ਚੱਲਦਾ ਰਿਹਾ ਤਾਂ ਮਾਰਕੀਟ ਕਬੱਡੀ ਦਾ ਕੀ ਹਾਲ ਖੱਡੀ ਦਾ ਬੁਰਾ ਹਾਲ ਹੈ ਦੇਖੋ ਖਿਡਾਰੀ ਆਪਣਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ 4 ਸਾਲਾਂ ਤੋਂ ਕਬੱਡੀ ਜਿਹੜੀ ਹੈ ਮਨ ਮਰਜ਼ੀ ਤਰੀਕੇ ਨਾਲ ਚੱਲੀ ਆ ਰਹੀ ਸੀ ਔਰ ਜਿਹੜੀ ਆ ਕਬੱਡੀ ਦੇ ਉੱਤੇ ਜਿਹਨੂੰ ਖੁੱਲ ਕੇ ਆਪਾਂ ਕਹਿੰਦੇ ਆ ਕਿ ਖਿਡਾਰੀ ਆਪਣੀ ਕਲਾਦਾ ਆਪਣੀ ਜਿਹੜੀ ਹੈ ਜੋਹਰ ਤਾਕਤ ਦਾ ਪ੍ਰਦਰਸ਼ਨ ਨਹੀਂ ਕਰ ਪਾਰੇ ਸੀ ਮੇਰੀ ਕਈ ਕਬੱਡੀ ਖਿਡਾਰੀਆਂ ਨਾਲ ਗੱਲ ਵੀ ਹੋਈ ਆ ਉਹ ਕਹਿੰਦੇ ਬੜਾ ਦੱਬ ਦੱਬ ਕੇ ਖੇਡੀਦਾ ਸੀ ਬੜਾ ਸੋਚ ਸੋਚ ਕੇ ਖੇਡੀਦਾ ਸੀਗਾ ਬਈ ਕਈ ਵਾਰ ਤਾਂ ਇਹ ਸੋਚੀਦਾ ਸੀ ਵੀ ਮੈਚ ਹੀ ਨਾ ਖੇਡੀਏ ਯਾਰ ਇਸ ਆਪਣੀ ਤਾਕਤ ਵੀ ਅੰਦਰ ਜਾ ਕੇ ਸਹੀ ਤਰੀਕੇ ਨਾਲ ਨਹੀਂ ਲਾ ਸਕੇ ਤੇ ਉਹਦਾ ਕੀ ਫਾਇਦਾ ਸੋ ਕਿਤੇ ਨਾ ਕਿਤੇ ਜਿਹੜਾ ਵਾ ਕਬੱਡੀ ਦੇ ਉੱਤੇ ਬਹੁਤ ਵੱਡਾ ਇੱਕ ਕਾਲੇ ਬੱਦਲ ਆ ਗਏ ਨੇ ਪੰਜਾਬ ਦੀ ਜਿਵੇਂ ਆਪਾਂ ਮਾਂ ਬੋਲੀ ਨੂੰ ਕਈ ਵਾਰ ਚਿੰਤਾ ਕਰਦੇ ਆ ਕਿ ਮਾਂ ਬੋਲੀ ਦਾ ਜਿਹੜਾ ਬਹੁਤ ਬੁਰਾ ਹਾਲ ਹੋ ਰਿਹਾ ਢਾ ਲੱਗ ਰਿਹਾ ਲੋਕ ਪੰਜਾਬੀ ਤੋਂ ਦੂਰ ਜਾ ਰਹੇ ਆ ਤੁਸੀਂ ਕਾਲਜਾਂ 'ਚ ਚਲ ਜਿਓ ਐਮਏ ਪੰਜਾਬੀ ਕਰਨ ਵਾਲੇ 5% ਰਹਿ ਗਏ ਨੇ ਕਿੱਥੇ ਐਮਏ ਪੰਜਾਬੀ ਲਈ ਤੁਹਾਨੂੰ ਸੀਐਮ ਦੀ ਸਿਫਾਰਿਸ਼ ਕਰਾਣੀ ਪੈਂਦੀ ਸੀ ਇਦਾਂ ਹੀ ਕਬੱਡੀ ਜਿਹੜੀ ਆਪਣੇ ਜਿੰਨੀਆਂ ਪੁਰਾਣੀਆਂ ਚੀਜ਼ਾਂ ਨੇ ਪੰਜਾਬ ਦਾ ਇਤਿਹਾਸ ਜਿਨ੍ਹਾਂ ਨਾਲ ਜੁੜਿਆ ਹੋਇਆ ਉਹ ਸਾਰਿਆਂ ਦਾ ਬੁਰਾ ਹਾਲ ਹੋ ਰਿਹਾ ਕੱਲੇ ਕਬੱਡੀ ਦਾ ਨਹੀਂ ਚਲੋ ਕਬੱਡੀ ਤੇ ਹੀ ਹੈਗਾ ਕਿ ਕਬੱਡੀ ਹੁਣ ਐਕਸਪੋਜ਼ ਹੋਣੀ ਸ਼ੁਰੂ ਹੋਈ ਆ ਤਿੰਨ ਚਾਰ ਸਾਲਾਂ ਚ ਕਬੱਡੀ ਬਾਰੇ ਲੋਕ ਡਰ ਕੇ ਹੀ ਨਹੀਂ ਬੋਲਦੇ ਰਹੇ ਹੁਣ ਇਹ ਮਰਡਰ ਤੋਂ ਬਾਅਦ ਨਿਕਲਣੀਆਂ ਸ਼ੁਰੂ ਹੋ ਗਈਆਂ ਗੱਲਾਂ ਔਰ ਤੁਹਾਡੇ ਸਾਹਮਣੇ ਹੋਰ ਵੀ ਚੀਜ਼ਾਂ ਆਣ ਗਈਆਂ ਉਹ ਦੇਖੋ ਨਵਾਂ ਸ਼ਹਿਰ ਵੀ ਕਬੱਡੀ ਕਲੱਬ ਕਬੱਡੀ ਦੇ ਮੈਚ ਦੇ ਵਿੱਚ ਫਾਇਰਿੰਗ ਹੋਈ ਸੀ ਉਹ ਵੀ ਤਾਰੇ ਦੇ ਨਾਲ ਜੁੜੇ ਸੀ ਜਿਹਦੇ ਵਿੱਚ ਦੀਪਾ ਫੜਿਆ ਗਿਆ ਸੀਗਾ ਇਹ ਸਾਰੀਆਂ ਚੀਜ਼ਾਂ ਇੰਟਰਕਨੈਕਟਡ ਹੈਗੀਆਂ ਉਹਦੇ ਵਿੱਚ ਵੀ ਐਨਆਰਆਈ ਦੇ ਉੱਤੇ ਫਾਇਰਿੰਗ ਹੋਈ ਸੀ ਉਹ ਪ੍ਰੋਮੋਟਰ ਸੀਗਾ ਠੀਕ ਹੈ ਨਾ ਸੋ ਕਿਤੇ ਨਾ ਕਿਤੇ ਪੁਲਿਸ ਨੇ ਇਹਨੂੰ ਸੀਰੀਅਸ ਨਹੀਂ ਲੀਨ ਲੀਤਾ ਇਹਦੀ ਰਿਸਪਾਂਸਿਬਲ ਪੁਲਿਸ ਹੈ ਅਸੀਂ ਪੰਜਾਬੀ ਬੋਲੀ ਨੂੰ ਤਾਂ ਬਚਾਉਣ ਲਈ ਸਾਰਾ ਪੰਜਾਬ ਹੰਬਲਾ ਮਾਰ ਕੇ ਖੜਾ ਵੀ ਹੋ ਗਿਆ ਸੀ ਅਸੀਂ ਤਾਂ ਗੁਰਦਾਸ ਮਾਨ ਦਾ ਵੀ ਵਿਰੋਧ ਕਰਤਾ ਸੀ ਦਿਲੋਂ ਕਰ ਦਿੱਤਾ ਸੀ ਸਾਰੇ ਪੰਜਾਬੀਆਂ ਨੇ ਵਿਰੋਧ ਗੁਰਦਾਸ ਮਾਨ ਦਾ ਸ਼ੁਰੂ ਕਰਤਾ ਲੇਕਿਨ ਇਹ ਚੀਜ਼ਾਂ ਦਾ ਵਿਰੋਧ ਕਰਨਾ ਸਾਡਾ ਪੁਲਿਸ ਤੋਂ ਬਿਨਾ ਨਹੀਂ ਹੋ ਸਕਦਾ ਪੰਜਾਬ ਵਾਸੀਆਂ ਦਾ ਸੋ ਕਿਤੇ ਨਾ ਕਿਤੇ ਇਹ ਚ ਨਲਾਕੀ ਔਰ ਫੇਲਿਅਰ ਆਫ ਪੰਜਾਬ ਪੁਲਿਸ ਬਹੁਤ ਜ਼ਿਆ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਸੁਰਿੰਦਰਪਾਲ ਜੀ ਨਾਲ ਗੱਲਬਾਤ ਕਰ ਰਹੇ ਸੀਗੇ ਬਹੁਤ ਸਾਰੇ ਇਹਨਾਂ ਨੇ ਤੱਥ ਛੋਹੇ ਨੇ ਸੰਦੀਪ ਨੰਗਲ ਅੰਬੀਆਂ ਦੇ ਮਰਡਰ ਨਾਲ ਜੁੜੇ ਹੋਏ ਤੇ ਇਹ ਕਹਾਣੀ ਸਾਰੀ ਪੁਲਿਸ ਤੇ ਖੜੀ ਹੈ ਨਲਾਇਕੀ ਵੀ ਪੁਲਿਸ ਦੀ ਮੰਨੀ ਜਾ ਰਹੀ ਹੁਣ ਇਸ ਕਤਲ ਨੂੰ ਹੱਲ ਕਿਵੇਂ ਕਰਦੇ ਤੇ ਕਿਹੜੇ ਤੱਕ ਤਾਰ ਪਹੁੰਚਦੇ ਆ ਇਹ ਵੇਖਣ ਵਾਲਾ ਹੋਏਗਾ ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਕਰਨ ਸ਼ਰਮਾ ਅਖਰ ਦੇਲੇ